ਹਾਂਜੀ ਅੱਜ ਦੀ ਵੀਡੀਓ ਹੈਗੀ ਆਪਣੇ ਫੁੱਲ ਹੈਵੀ ਸੂਟ ਦੀ ਕਟਿੰਗ ਆ ਗਈ ਆਪਾਂ ਸ਼ਰਟ ਦੀ ਕਟਿੰਗ ਕਰਾਂਗੇ ਜਿਵੇਂ ਆਮ ਤਾਂ ਤੀਰਾ ਆਪਾਂ ਡੀਪ ਗਲਾ ਪਾਉਂਦੇ ਹਾਂ ਤੀਰਾ 6 ਇੰਚੀ ਪਾਉਣੇ ਨੇ ਇਹਦੇ ਵਿੱਚ ਆਪਾਂ ਨੂੰ ਤੀਰਾ 14 ਸਾਢੇ 14 ਇੰਚ ਕਟਾਈ ਦਾ ਪਾਉਣਾ ਪਊਗਾ ਅਤੇ ਗਲਾ ਇਹਨਾਂ ਦਾ ਛੋਟਾ ਹੈਗਾ ਅਤੇ ਆਪਣੇ ਕੋਲ ਨਾਪ ਇਹਨਾਂ ਦਾ ਦਿੱਤਾ ਹੋਇਆ ਦੇਖੋ 43 ਇੰਚ ਲੰਬਾਈ ਆਪਾਂ ਨੇ ਸੂਟ ਦਾ ਨਾਪ ਲਿੱਤਾ ਇਹਨਾਂ ਦਾ ਪ੍ਰੋਪਰ ਜਿੰਨਾ ਰੈਡੀ ਸੀ ਬਿਲਕੁਲ ਸੂਟ ਆਪਾਂ ਉਨਾ ਉਨਾ ਨਾਪ ਲੈ ਕੇ ਇਹਦਾ ਸੂਟ ਤਿਆਰ ਕਰਨਾ ਮਤਲਬ ਇਹਦੀ ਕਟਿੰਗ ਕਰਾਂਗੇ ਹੁਣ ਤੁਹਾਡੇ ਸਾਹਮਣੇ ਆਪਾਂ 43 ਇੰਚ ਇਹਦੀ ਲੰਬਾਈ ਹੈਗੀ 27 ਇੰਚ ਘੇਰਾ ਜਿਹੜੀ ਉੱਪਰੋਂ ਮੋਢੇ ਤੋਂ ਲੈ ਕੇ ਚਾਕਾਂ ਤੱਕ ਸਾਈਡ ਸਿਲਾਈ ਆ ਉਹ ਆਪਣੀ ਹੈਗੀ ਆ 15.5 ਇੰਚ ਰੈਡੀ ਆ 26 ਇੰਚ ਛਾਤੀ ਚੋਂ 24.5 ਇੰਚ ਕਮਰ 29 ਇੰਚ ਹਿੱਪਾ ਬਾਂਹ ਹੈਗੀ ਆ ਲੰਬੀ 16 ਇੰਚ ਅੱਗੇ ਤੋਂ ਮੂਹਰੀ ਹੈਗੀ ਉਹਦੀ ਖੁੱਲ੍ਹੀ 9 ਇੰਚ ਫਰੰਟ ਕਲ ਆਪਾਂ ਨੇ ਕਟਾਈ ਦਾ 6.5 ਹੀ ਪਾਉਣਾ 5.25 ਚੌੜਾਈ ਦੇ ਵਿੱਚ ਅਤੇ ਬੈਕ ਆਪਾਂ ਨੇ 4 ਇੰਚ ਬਣਾਉਣਾ ਇਹਦੇ ਵਿੱਚ ਕੋਈ ਪਲੇਟ ਨਹੀਂ ਪਾਉਣੀ ਹੈਗੀ ਆਪਾਂ ਨੇ ਇੱਦੀ ਇਹਦੀ ਫਿਟਿੰਗ ਲੈ ਕੇ ਆਉਣੀ ਆ ਅਤੇ ਇਹਨਾਂ ਦਾ ਜਿਹੜਾ ਮੋਢਾ ਹੈਗਾ ਬਾਜੂ ਦਾ ਮੋਢਾ ਉਹ ਆਪਾਂ ਨੇ 11.5 ਇੰਚ ਤਿਆਰ ਰੱਖਣਾ ਗਾ ਹੁਣ ਆਪਾਂ ਇਹਦੀ ਕਟਿੰਗ ਸ਼ੁਰੂ ਕਰਦੇ ਹਾਂ ਤੁਸੀਂ ਸਭ ਤੋਂ ਪਹਿਲਾਂ ਕੱਪੜਾ ਆਪਣੇ ਕੋਲ ਇਹ ਸ਼ਰਟ ਦਾ 3 ਮੀਟਰ ਕੱਪੜਾ ਗਾ ਆਪਣੇ ਕੋਲ ਇਹ ਕੱਪੜਾ ਗਾ ਇਹ 3 ਮੀਟਰ ਕੱਪੜਾ ਗਾ ਤਾਂ ਆਪਾਂ ਸਭ ਤੋਂ ਪਹਿਲਾਂ ਇਹਦੀ ਲੈਂਥ ਮਿਣਾਂਗੇ ਲੈਂਥ ਉਤਾਰ ਕੇ ਇਹਦੀ ਪਹਿਲਾਂ ਬਾਜੂ ਉਤਾਰ ਲਾਂਗੇ ਆਪਾਂ ਕਿਉਂਕਿ ਇਹਦੇ ਵਿੱਚ ਆਪਾਂ ਨੂੰ ਜੇ ਆਪਾਂ ਦੂ ਸਾਈਡ ਤੋਂ ਬਾਜੂ ਕੱਢਾਂਗੇ ਦੇਖਾਂ ਨਿਕਲ ਤਾਂ ਜਾਊਗੀ ਪਰ ਇਹਦੇ ਵਿੱਚ ਜੋੜ ਪੈਣਗੇ ਆਪਾਂ ਨੂੰ ਜੋੜ ਪੈਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਆਪਣੇ ਕੋਲੇ ਸ਼ਰਟ ਦਾ ਕੱਪੜਾ 3 ਮੀਟਰ ਆ ਤਾਂ ਆਪਾਂ ਇਹਦੀ ਪਹਿਲਾਂ ਲੈਂਥ ਮਿਣਾਂਗੇ ਜਿਵੇਂ 43 ਇੰਚ ਲੰਬਾਈ ਹੈ ਤਾਂ ਆਪਾਂ 3 ਇੰਚ ਵੱਧ ਕੱਟਾਂਗੇ ਦੇਖੋ 46 ਇੰਚ ਪਿੱਛੇ ਆਪਣੇ ਆਹ ਕੱਪੜਾ ਬਚ ਗਿਆ ਡਬਲ ਇਹ ਆਪਣੇ ਕੋਲੇ 26 ਇੰਚ ਪੀਸ ਬਚ ਗਿਆ ਤਾਂ ਆਪਣੇ ਕੋਲੇ ਬਾਜੂ ਦੀ ਲੰਬਾਈ ਹੈਗੀ ਹੈ ਸਿਰਫ 16 ਇੰਚ ਤਾਂ ਸਭ ਤੋਂ ਪਹਿਲਾਂ ਆਪਾਂ ਇਹਦੀ ਬਾਜੂ ਉਤਾਰ ਲਾਂਗੇ ਪ੍ਰਿੰਟ ਨੂੰ ਵੀ ਦੇਖਣਾ ਆਪਾਂ ਨੇ ਦੋਨੇ ਸਾਈਡ ਵੱਲ ਜਾ ਰਿਹਾ ਕਿ ਇੱਕ ਵੱਲ ਜਾ ਰਿਹਾ ਦੇਖੋ ਪ੍ਰਿੰਟ ਆਪਣਾ ਦੋਨੋਂ ਸਾਈਡ ਹੀ ਵੱਲ ਜਾ ਰਿਹਾ ਦੇਖੋ ਇੱਧਰ ਵੀ ਫਲਾਵਰ ਬਣ ਰਹੇ ਨੇ ਅਤੇ ਇੱਧਰਲੀ ਸਾਈਡ 'ਤੇ ਵੀ ਬਣ ਰਿਹਾ ਤਾਂ ਇਹਦੇ ਵਿੱਚ ਆਪਾਂ ਨੂੰ ਕੋਈ ਚੱਕਰ ਨਹੀਂ ਹੈਗਾ ਦੇਖੋ ਜਿਹੜੀ ਮਰਜ਼ੀ ਸਾਈਡ ਲੈ ਸਕਦੇ ਹਾਂ ਆਪਾਂ ਇਹਦੀ ਤਾਂ ਇਸ ਤਰ੍ਹਾਂ ਦੋਨਾਂ ਨੂੰ ਪਹਿਲਾਂ ਆਪਾਂ ਬਰਾਬਰ ਕੰਨੀਆਂ ਜੋੜ ਕੇ ਇਹਦੀ ਬਾਜੂ ਕੱਢ ਲਾਂਗੇ ਦੇਖੋ ਮੋਢਾ ਤਾਂ ਆਪਣਾ ਫਿਰ ਵੀ ਪੂਰਾ ਨਹੀਂ ਆਉਣਾ ਆਪਾਂ ਨੂੰ ਜੋੜ ਤਾਂ ਪਾਉਣਾ ਹੀ ਪਊਗਾ ਆਪਣਾ ਸ਼ਰਟ ਦਾ ਇਹਨਾਂ ਦਾ ਮੋਢਾ 11.5 ਇੰਚ ਰੈਡੀ ਸੀ ਇਹ ਆਪਣੇ ਕੋਲ 10.5 ਇੰਚ ਪੀਸ ਆ ਤਾਂ ਆਪਾਂ ਨੂੰ ਕਟਿੰਗ ਦਾ 12.5 ਇੰਚ ਰੱਖਣਾ ਪਊਗਾ ਤਾਂ ਬਾਜੂ ਦੀ ਲੰਬਾਈ ਦੇਖੋ 16 ਗੀ ਆਪਾਂ ਇਹਦੇ ਅੱਗੇ ਪੱਟੀ ਲਗਾਉਣੀ ਆ ਸ਼ਰਟ ਨਾਲ ਦੀ ਗੁੰਮ ਲਗਾਉਣੀ ਆ ਤਾਂ ਆਪਾਂ 17 ਇੰਚ ਕਟਾਈ ਦੀ ਬਾਜੂ ਦੀ ਕਟਿੰਗ ਕਰਾਂਗੇ ਇਹ ਆਪਾਂ ਬਾਜੂ ਸਾਈਡ 'ਤੇ ਰੱਖਾਂਗੇ ਪਹਿਲਾਂ ਆਪਾਂ ਸ਼ਰਟ ਦੀ ਕਟਿੰਗ ਕਰਾਂਗੇ ਜਿਹੜਾ ਉਹਦੇ ਨਾਲ ਉਹ ਸਾਈਡ ਤੋਂ ਕੱਪੜਾ ਉਤਰੂਗਾ ਆਪਾਂ ਉਹਦਾ ਇਸ ਤਰ੍ਹਾਂ ਕਰਕੇ ਇੱਥੇ ਜੋੜ ਪੈ ਜੂਗਾ ਹੁਣ ਦੇਖੋ ਕੱਪੜਾ ਤਾਂ ਆਪਣੇ ਕੋਲ ਫਿਰ ਵੀ ਬਹੁਤ ਜ਼ਿਆਦਾ ਗਾ ਪਰ ਆਪਾਂ ਜਦੋਂ ਉਹਦੀ ਕਟਿੰਗ ਕਰਾਂਗੇ ਇਕੱਠਾ ਕੱਪੜਾ ਆਪਾਂ ਉੱਪਰੋਂ ਉਤਾਰ ਦਾਂਗੇ ਤਾਂ ਆਪਾਂ ਇਸ ਤਰ੍ਹਾਂ ਇਹਨੂੰ ਉਹ ਕਰ ਲਾਂਗੇ ਡਬਲ ਫੋਲਡਿੰਗ ਕਰਕੇ ਫਿਰ ਦੁਬਾਰਾ ਫੇਰ ਫੋਲਡ ਕਰ ਲਾਂਗੇ ਹੁਣ ਆਪਾਂ ਇਹਦਾ ਘੇਰਾ ਕੱਟਣਾ ਦੇਖੋ ਹੁਣ ਤੁਸੀਂ ਦੇਖੋ ਪਹਿਲਾਂ ਤਾਂ ਨਾਪ ਵੱਲ ਵੀ ਦੇਖਣਾ ਪਊ ਆਪਾਂ ਨੂੰ ਜਿਵੇਂ 26 ਇੰਚ ਇਹਨਾਂ ਦੀ ਛਾਤੀ ਆ ਦੇਖੋ ਉੱਪਰੋਂ ਮੰਨ ਲਓ 13 ਇੰਚ 'ਤੇ ਆ ਗਿਆ ਆਪਾਂ ਨੂੰ 2 ਇੰਚ ਮਾਰਜਨ ਚਾਹੀਦਾ 15 'ਤੇ ਕਰ ਲਾਂਗੇ ਆਪਾਂ ਦੇਖੋ ਆਹ ਆਪਣਾ ਮਾਰਜਨ ਹੋ ਗਿਆ ਪਰ ਆਪਣੇ ਕੋਲ ਹਿੱਪ ਦਾ ਨਾਪ ਹੈਗਾ 29 ਇੰਚ ਮੰਨ ਲਓ 14.5 ਇੰਚ ਤਾਂ ਆਪਾਂ ਨੂੰ ਚਾਕਾਂ ਦੀ ਫੋਲਡਿੰਗ ਵਾਸਤੇ ਹੈ ਨਹੀਂ ਗਾ ਤਾਂ ਆਪਾਂ ਨੂੰ ਹਿੱਪ ਦੇ ਮੁਤਾਬਕ ਚੱਲਣਾ ਪਊਗਾ ਹਿੱਪ ਜ਼ਿਆਦਾ ਚੈਸਟ ਵੱਲ ਨਹੀਂ ਦੇਖਣਾ ਤਾਂ ਆਪਾਂ ਹਿੱਪ ਦੇਖਾਂਗੇ ਇਹ ਬਹੁਤ ਹੀ ਧਿਆਨ ਦੇਣ ਵਾਲੀ ਗੱਲ ਆ ਦੇਖੋ ਕਈ ਵਾਰੀ ਹਿੱਪਸ ਘੱਟ ਹੁੰਦੇ ਨੇ ਉੱਪਰੋਂ ਚੈਸਟ ਜ਼ਿਆਦਾ ਹੁੰਦੀ ਆ ਤਾਂ ਆਪਾਂ ਚੈਸਟ ਦੇ ਹਿਸਾਬ ਨਾਲ ਮਾਰਜਨ ਪਾਵਾਂਗੇ ਜਿਵੇਂ ਇਹਨਾਂ ਦੇ ਹੁਣ ਹਿੱਪ ਜ਼ਿਆਦਾ ਉੱਪਰੋਂ ਘੱਟ ਆ ਛਾਤੀ 'ਚੋਂ 26 ਆ ਹਿੱਪ ਇਹਨਾਂ ਦੀ 29 ਇੰਚ ਆ ਤਾਂ ਆਪਾਂ ਹਿੱਪ ਦੇ ਹਿਸਾਬ ਨਾਲ ਮਾਰਜਨ ਦੇਵਾਂਗੇ ਉੱਪਰਲਾ ਮਾਰਜਨ ਤਾਂ ਆਟੋਮੈਟਿਕ ਹੀ ਆ ਜਾਂਦਾ ਦੇਖੋ ਜਿਵੇਂ 29 ਇੰਚ ਆਪਣੇ ਕੋਲ ਹਿੱਪ ਆ ਗਈ ਰੈਡੀ ਤਾਂ ਆਪਾਂ ਜੇ 1.5 ਇੰਚ ਵੀ ਮਾਰਜਨ ਦਿੰਦੇ ਹਾਂ ਜੇ ਤਾਂ ਆਪਾਂ ਨੇ 1.5 ਇੰਚ ਦੇਣਾ ਤਾਂ ਆਪਾਂ 16 'ਤੇ ਲਗਾਵਾਂਗੇ ਦੇਖੋ ਜੇ ਆਪਾਂ ਨੇ 1 ਇੰਚ ਦਾ ਦੇਣਾ ਤਾਂ ਆਪਾਂ 15.5 'ਤੇ ਲਗਾਵਾਂਗੇ ਕਿਉਂਕਿ 14.5 ਇੰਚ ਤਾਂ ਆਪਣੀ ਹਿੱਪ ਰੈਡੀ ਆ ਹੁਣ ਆਪਣੇ ਕੋਲ ਕੱਪੜਾ ਖੁੱਲ੍ਹਾ ਤਾਂ ਆਪਾਂ 1.5 ਇੰਚ ਦਾ ਮਾਰਜਨ ਹੀ ਦੇਵਾਂਗੇ ਦੇਖੋ ਤਾਂ 16 ਇੰਚ ਮੰਨ ਲਓ ਟੋਟਲ 32 ਇੰਚ ਦੀ ਕਟਿੰਗ ਕਰਾਂਗੇ ਆਪਾਂ ਇਹਦੀ ਤਾਂ ਆਪਾਂ ਨੇ ਇੱਥੇ 32 ਇੰਚ 'ਤੇ ਨਿਸ਼ਾਨ ਲਗਾ ਲਿਆ ਇਸੇ ਤਰ੍ਹਾਂ ਆਪਾਂ 1 ਨਿਸ਼ਾਨ ਉੱਪਰ ਲਗਾਵਾਂਗੇ ਇਹ ਮੇਨ ਚੀਜ਼ ਹੁੰਦੀ ਆ ਦੇਖੋ ਆਪਾਂ ਨੇ ਹਿੱਪ 'ਤੇ ਪਹਿਲਾਂ ਚੈਸਟ ਨੂੰ ਦੇਖਣਾ ਹੁੰਦਾ ਫਿਰ ਉਹ ਤੋਂ ਬਾਅਦ ਘੇਰੇ ਦੀ ਕਟਿੰਗ ਕਰਨੀ ਹੁੰਦੀ ਆ ਤਾਂ ਹੁਣ ਆਪਾਂ ਇੱਥੋਂ ਸਿੱਧੀ ਕਟਿੰਗ ਕਰ ਦਾਂਗੇ ਪਹਿਲਾਂ ਹੁਣ ਆਪਾਂ ਇਹਨੂੰ ਡਬਲ ਫੋਲਡਿੰਗ ਕਰਾਂਗੇ ਆਪਸ ਦੇ ਵਿੱਚ ਦੇਖੋ ਫਲਾਵਰਾਂ ਦਾ ਕੋਈ ਚੱਕਰ ਨਹੀਂ ਹੈਗਾ ਇਹਦੇ ਵਿੱਚ ਦੋਨੋਂ ਸਾਈਡਾਂ ਵੱਲ ਹੀ ਜਾ ਰਹੇ ਨੇ ਇੱਧਰ ਵੀ ਜਾ ਰਹੇ ਨੇ ਅਤੇ ਉੱਧਰ ਵੀ ਜਾ ਰਹੇ ਨੇਗੇ
तो आप इनू इस तरह फोल्ड कर लेंगे। आ देखो आपने आ दोनों चीजा फोल्डिंग कर लिया दोनों पल्ले ने फ्रंट बैक। तो हूँ आप सब तो पहला लेंथ का निशान लगावे 43 इंच लेंथ आ 3 इंच आप प्लस करा 46 इंच से निशान लगावे। देखो हूँ अपने तीरा पाना देखो गले की जी इन्ह की गले की वो होगी लंबाई वह सिर्फ 6.5 आ चौड़ाई आप 5.5 रखा। तो जो इन्हों का शर्ट का तीरा मिलया से वह प्रोपर 4 इंच रेडी मिलया तो तुम निशान लगाने दसागे आप किस तरह लगाने। देखो आप पहला 5.5 इंच गले का निशान लगावे रेडी का। हूँ देखो इन्हों 4 इंच तीरा अपना रेडी आ मान लो शर्ट का बनया हुआ बिची गले का मार्जिन बिची बाजू का मार्जिन तो आप इन 4.5 के निशान लगावे। हूँ टोटल तीरा देखो अपना कितना पै जूगा 7.5 इंच तीरे का निशान ही लगाना पेगा अपन। जे आप इदू घट लगा लिया तो यह बैक साइड इन्हों की फसूगी क्योंकि इन्होंने गला बैक तो सिर्फ 4.5 ही क्ढना आपने। जोड़ा हूँ देखो आ चीज़ होंगी है बार बार सू पुछते रहेंगे ने भी तुम आ चीज मोडे की किड़े नाप की किन्नी लैनी है किन्नी लैनी है। देखो ये हमेशा वास्ते आप 6.5 ही लें क्योंकि उपरों चैसट इन्हों की ज़्यादा तो आ गलाई पै जूगी जिन्ना आपने मोडा पाना एटोमैटिक ही मोडा सैट आऊगा। थोड़ा बहुत छटाई करनी हो तो आप प्लेटा देखो ये पाया नहीं है। जे अपने छंटाई करनी है तो आप सैड सिलाई मार के बाद बाजू ना मिण के यदि हल्की हल्की शेप पा देंगे दोबारा तो हूँ आप 6.5 से ही निशान लगाना। देखो इस तरह इतों भी आप सामना भी 15 ही रखा क्योंकि गला ना है भी नाप के हिसाब न छोटा ही है। देखो तो 26 इंच छाती चो देखो हूँ देखो अपने आप ही देखो तुम कि काट पैगी ये मोडे के हिसाब के बिल्कुल जमा सही आऊगी। तो आप 2 इंच का एक्सट्रा मार्जिन लवेंगे। हूँ जी आप गलाई पानी आ जोड़ा तो देखो प्लेटा वाला हों जे तो वह घट पैजू कोई चक्कर नहीं प्लेट ना एडजस्ट हो जाती है। हूँ आप प्लेट भी नहीं पानी तो जी गलाई होगी प्रोपर राउंड के ही देनी होगी। देखो इस तरीके ये गलाई तुम घट नहीं देनी जे तुम ये गलाई घट देती तो इतने बल पैणगे थोड़े। हूँ इन्ह की कमर हैगी 24.5 इंच मान लो 12.25 के निशान लगावे 2 इंच एक्सट्रा मार्जिन जी इन सैड सिलाई आ वह 15.5 रेडी आ तो आप 16.5 के निशान लगावे। हाफ इंच अपना देखो बाजू के आऊगा जो आप मोडे की छटाई करनी पेगी तो हाफ इंच कटिंग भी चलिया जाऊगा। बिच सू लेडीज इस तरह भी पूछदी ने भी दीदी जो बैक बद पाने उदे नाल मोडा तो नहीं वादा उदे नाल मोडा नहीं वादा है सिर्फ वह आप जो शोल्डर के देखो गुम तीरा पाने मार्जिन तो वो भी आऊगा। देखो गुम करांगे फिर आप डबल सिलाई मारांगे हाफ इंच नाल मोडा ज़्यादा नहीं बड़ा हुंदा उदे नाल कोई चक्कर नहीं सिर्फ फ्रंट नूं आप अगे लियाउण वास्ते ही पाने। हुण आप लगावांगे हिप का निशान हिप हैगी 29 इंच 14.5 के निशान लगावांगे। घेरा इन्हां दा हैगा 27 इंच तो आप 3 इंच वध कट्टांगे 30 ते निशान लगावांगे 15 ते मान लो तो इहनूं आप थोड़ा जिहा नीचे तो टेपर कर दांगे। जिहड़ा आ निशान लगाउणा उह देखो हिप्स इन्हां दे भारे ने तो इत्थे इन्हां दे मान लो शेप बनूगी उस हिसाब नाल क्योंकि कमर घट आ ते हिप ज़्यादा गी जिहड़ी आ सिलाई होगी ये ज़्यादा आपां ने नीचे नहीं पाउणी हैगी ते ना ही ज़्यादा उपर ये 8 इंच के हिसाब न पानी हो तुम आ मोटे के निशान तो जी गलाई पानी है जोड़ा ये निशान लगाओगे इको दम तो देखो इस तरह नहीं जाना चाहिए आ शेप फिर इतों पेट को खिच पेगी तो तुम इतों गलाई के निशान लगा के लेके जाओगे। जे तुम वो निशान लगाओगे इंची टेप ना तो निशान देखो इस तरह जाऊगा ये इस तरीके इन्ना जे आप गलाई के पावे तो थोड़ी ये शेप आऊगी। हूँ आप इस तरह इतों देनी है हूँ आप देखो ये कटिंग करते हैं। इस तरीके साइड तो करा दो पल्ले उपरले चक ले पहला अपने बिल्कुल राउंड दे विच ही लेके जाने। हुण आपां बैक देखो इन्हां दी ज़्यादा नहीं कटाई दे विच करनी आपां ने क्योंकि बैक गला सिर्फ इन्हां दा 4 इंच ही आ
ਤੇ ਆ ਚੀਜ਼ ਤੋਂ ਬਿਲਕੁਲ ਇਹਨੂੰ ਨਾਲ ਨਹੀਂ ਜੋੜਨਾ ਫਿਰ ਆ ਬੈਕ ਤੋਂ ਖਿੱਚ ਪਊਗੀ ਹਾਫ ਇੰਚ ਆਪਾਂ ਉੱਪਰ ਲੈ ਕੇ ਜਾਵਾਂਗੇ ਆ ਦੇਖੋ ਆ ਸ਼ੇਪ ਦੀ ਕਟਿੰਗ ਹੋ ਗਈ ਇਹਦੀ ਆਪਣੇ ਥੋੜੇ 26 ਇੰਚ ਚੈਸਟ ਆ 24.5 ਇੰਚ ਕਮਰ ਆਪਣੀ 29 ਇੰਚ ਹਿੱਪ ਕਟਾਈ ਦਾ ਜੁਦੀ ਕਟਿੰਗ ਕਰਨੀ ਆ 11.5 ਇੰਚ ਆਪਣਾ ਮੋਢਾ ਰੈਡੀ ਆ ਤਾਂ ਆਪਾਂ 12.5 ਇੰਚ ਕਟਾਈ ਦਾ ਕੱਟਾਂਗੇ ਦੇਖੋ ਤੇ 9 ਇੰਚ ਅੱਗੇ ਤੋਂ ਖੁੱਲੀ ਆ बहुत ही हैवी नाप का देखो ये शर्ट हैगा तो आप 1.5 इंच मार जन देवे हूँ फट्टी की शेप देखो अपने इस तरह नहीं देनी धर के इन उपर कटांगे जी गलाई वाली साइड होगी क्योंकि आ चीज़ा इन्ह दिया हैल्दी ने तो आप उपर फट्टी ले आके ही निशान लगा गा बिल्कुल सीधी जी शेप आऊगी गला देखो ये छोटा पाते हैं तो आपने जी बैक काट पानी है बाजू के मुताबक वह भी घट ही पेगी ज़्यादा नहीं पानी दूसरा कपड़ा लैन की जरूरत नहीं आपां इहदे विचों ही इहदा जोड़ पा लांगे तां आपां ने इस तरह जिन्ना मार्जन आऊगा उन्ना चढ़ा रख के इहदा आपां कटिंग करांगे मोढ़े दी ਇਸੀ ਆਪਣੇ ਪੂਰੇ ਫੁੱਲ ਹੈਵੀ ਸ਼ਰਟ ਦੀ ਕਟਿੰਗ ਬਾਰੇ ਸੀ ਫਿਰ ਵੀ ਜੇ ਤੁਹਾਨੂੰ ਇਸ ਵਿੱਚ ਕੋਈ ਵੀ ਕਿਸੇ ਚੀਜ਼ ਦੀ ਕਨਫਿਊਜ਼ਨ ਹੋਈ ਤਾਂ ਤੁਸੀਂ ਸਾਨੂੰ ਕਮੈਂਟਾਂ ਰਾਹੀਂ ਪੁੱਛ ਸਕਦੇ ਹੋ ਮੋਢੇ ਬਾਰੇ ਜਾਂ ਕੋਈ ਕਾਟ ਬਾਰੇ ਕੁਝ ਵੀ ਪੁੱਛਣਾ ਦੇਖੋ ਇਹਦੇ ਵਿੱਚ ਕੋਈ ਪਲੇਟ ਵਗੈਰਾ ਆਪਾਂ ਨੇ ਕੁਝ ਨਹੀਂ ਪਾਈ ਹੈਗੀ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ